ਆਜ਼ਾਦੀ ਤੋਂ ਲਗਭਗ 2.5 ਸਾਲ ਬਾਅਦ ਸਾਡਾ ਗਣਤੰਤਰ ਲਾਗੂ ਹੋ ਗਿਆ ਅਤੇ ਅੱਜ 68 ਸਾਲ ਪੂਰੇ ਹੋਣ ਉਪਰੰਤ 69ਵਾਂ ਗਣਤੰਤਰ ਦਿਵਸ ਜਿਸ 50 ਨੂੰ ਨਾਲ ਗਿਣੀ ਹੈ ਅਸੀਂ ਮਨਾ ਰਹੇ ਹਾਂ। ਬਟ ਮੈਂ ਗਾਣੇ ਤੇ ਬੋਲ ਸੁਣਾਉਂਦਾ ਤੁਹਾਨੂੰ, ਉਹ ਐਵੇਂ ਨੇ ਉਹ ਨਸ਼ਾ ਨਸ਼ਾ ਕਰਦੇ ਨੇ ਲੋਕੀ, ਨਸ਼ਿਆਂ ਦੇ ਵਿੱਚ ਕੀ ਧਰਿਆ ਹੋਏ, ਉਹ ਜਿਹਨੇ ਇਹਦਾ ਪੱਲਾ ਫੜਿਆ ਉਹ ਤਾਂ ਛੇਤੀ ਮਰਿਆ ਹੋਏ। ਉਹ ਨਸ਼ਿਆਂ ਵਾਲਿਆਂ ਨੇ ਤਾਂ ਕਦੇ ਕੰਮ ਕੋਈ ਨਾ ਕਰਿਆ ਹੋਏ, ਵਿਹਲੇ ਰਹਿ ਕੇ ਭੰਗ ਮਸਲ ਕੇ ਬਸ ਨਸ਼ਾ ਹੀ ਕਰਿਆ ਹੋਏ। ਨਾ ਸਰਿਆ ਉਸਦਾ ਆਪ ਦਾ, ਨਾ ਉਹਦੇ ਘਰ ਦਾ ਸਰਿਆ ਹੋਏ, ਨਸ਼ਾ ਨਸ਼ਾ ਕਰਦੇ ਨੇ ਲੋਕੀ, ਨਸ਼ਿਆਂ ਦੇ ਵਿੱਚ ਕੀ ਧਰਿਆ ਹੋਏ। ਉਹ ਨਸ਼ਿਆਂ ਕਰਕੇ ਮਾਪਿਆਂ ਦੇ ਪੁੱਤ ਜਵਾਨ ਮਰ ਗਏ, ਉਹ ਜਿਹਨੇ ਨਿਸ਼ਾਨੀ ਕੀਤਾ ਦੇਸ਼ ਦੀ ਸ਼ਾਨ ਬਣ ਗਏ। ਉਹ ਨਸ਼ਿਆਂ ਕਰਕੇ ਮਾਪਿਆਂ ਦੇ ਪੁੱਤ ਜਵਾਨ ਮਰ ਗਏ, ਉਹ ਜਿਹਨੇ ਨਿਸ਼ਾਨੀ ਕੀਤਾ ਦੇਸ਼ ਦੀ ਸ਼ਾਨ ਬਣ ਗਏ। ਉਹ ਸਿੱਧੂ, ਉਹ ਲੱਕੀ ਸਿੱਧੂ ਉਹਨਾਂ ਨੂੰ ਦੇਵੇ ਵਾਰਨਿੰਗ ਅਤੇ ਸਾਹਮਣੇ ਆ ਕੇ ਖੜਿਆ ਹੋਏ, ਜਿਹਨੇ ਇਹਦਾ ਪੱਲਾ ਫੜਿਆ ਉਹ ਤਾਂ ਛੇਤੀ ਮਰਿਆ ਹੋਏ। ਨਸ਼ਾ ਨਸ਼ਾ ਕਰਦੇ ਨੇ ਲੋਕੀ, ਨਸ਼ਿਆਂ ਦੇ ਵਿੱਚ ਕੀ ਧਰਿਆ ਹੋਏ। ਥੈਂਕ ਯੂ ਜੀ। ਅਤੇ ਮੈਨੂੰ ਪੁੱਛਦੇ ਕਿ ਮੈਂ ਆਪ ਲਿਖਿਆ ਕਿ ਬੜੀ ਅੱਛੀ ਗੱਲ ਹੈ, ਇਸ 'ਤੇ ਅਮਲ ਕਰਨ ਦੀ ਵੀ ਲੋੜ ਹੈ, ਨਸ਼ਿਆਂ ਤੋਂ ਸਦਾ ਹੀ ਦੂਰ ਰਹਿਣਾ ਚਾਹੀਦਾ ਹੈ। ਬਹੁਤ ਵਧੀਆ ਯਾਰ, ਤੂੰ ਸੁਣਾ ਜੇ ਕੀ ਹਾਲ ਨੇ? ਮੇਰਾ ਤਾਂ ਬਹੁਤ ਵਧੀਆ। ਹੁਣ ਤੈਨੂੰ ਮਨੀਸ਼ ਬਾਰੇ ਸੁਣਿਆ ਫਿਰ ਕੁਛ? ਮਨੀਸ਼ ਯਾਰ ਕਿੱਥੇ ਮਿਲਦੇ ਨੇ ਵੱਡੇ ਬੰਦੇ ਯਾਰ, ਅਸੀਂ ਯਾਰ ਬਸ ਪੁੱਛ ਨਾ, ਬੁਰਾ ਹਾਲ ਹੋਇਆ ਵਾ, ਵਾਲਾ ਹੀ ਚੰਬਲਿਆ ਫਿਰਦਾ ਨਾ ਉਹ। ਹੋਰ ਯਾਰ ਮਿਲਦਾ ਹੀ ਆਪਾਂ ਨੂੰ। ਹੋਰ ਯਾਰ ਕੀ ਕਰੀਏ, ਘਰੇ ਕੋਈ ਹੈਗਾ? ਘਰੇ ਕੋਈ? ਉਹ ਆਇਆ ਬਾਈ, ਕੌਣ ਆ? ਦਖਲਾ ਬਾਈ ਆਇਆ 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 ਬੋਲਾ ਕਰ ਲੋ ਗੱਲਾਂ, ਜਿਹਦੇ ਬਾਰੇ ਗੱਲ ਕੀਤੀ ਉਹੀ ਆ ਗਿਆ। ਉਹ ਆ ਗਏ ਵੱਡੇ ਮਾਲਕ ਤੋਂ, ਕੀ ਹਾਲ ਆ ਤੁਹਾਡਾ? ਵਾਹ ਬਹੁਤ ਵਧੀਆ, ਤੂੰ ਸੁਣਾ? ਹਾਂ ਵੀ ਦੱਸ ਕਿਵੇਂ ਸੁੱਕਿਆ ਜਾਗਾ? ਵਧੀਆ ਮੈਂ ਤਾਂ, ਤੂੰ ਦੱਸ ਗਿਆ ਕਿਵੇਂ ਖਾਂਦਾ ਪੀਂਦਾ ਨਹੀਂ? ਖਾਂਦਾ ਯਾਰ, ਤੂੰ ਖਾਂਦਾ ਹੀ ਨਹੀਂ। ਤੂੰ ਸੁੱਕੇ ਦੀ ਕਿਹੜੀ ਗੱਲ ਕਰਦਾ, ਤੂੰ ਮੇਰੇ ਬਾਰੇ ਪੁੱਛ, ਕੀ ਬੁਰਾ ਹਾਲ ਹੋਇਆ ਪਿਆ? ਹਾਂ ਵੀ ਦੱਸ ਤੈਨੂੰ ਕੀ ਹੋ ਗਿਆ? ਬਸ ਯਾਰ ਪੁੱਛ ਨਾ। ਚੰਗਾ ਅੱਗੇ ਕੀ ਹੋਇਆ ਫਿਰ? ਅੱਗੇ ਦੱਸ ਬਾਪ ਪੁੱਛ ਨਾ। ਹਾਂ ਫਿਰ? ਫਿਰ ਗਏ ਖੇਤ ਨੂੰ। ਚੰਗਾ ਫਿਰ ਗਏ ਖੇਤ ਨੂੰ। ਅਬਦੁਲ ਪੁੱਛੋ ਨਾ ਕਦੇ ਚਾਹ ਨੀ ਮੰਗੀ। ਅੱਛਾ ਉਸ ਦਿਨ ਮੰਗ ਰਿਹਾ ਦੁੱਧ। ਅੱਛਾ ਮੈਂ ਹੈਰਾਨ। ਅੱਛਾ ਮੈਂ ਕਿਹਾ ਯਾਰ ਦੁੱਧ ਕਿਵੇਂ ਮੰਗ ਲਿਆ? ਚੰਗਾ ਮੈਂ ਚੱਲ ਮੰਗ ਲਿਆ ਫਰਾਦਾ। ਜਦੋਂ ਮੰਗਿਆ ਦੁੱਧ ਉਹਨਾਂ ਨੇ ਹੱਥ 'ਚ ਫੜਿਆ, ਇੱਕ ਘੁੱਟ ਪੀਤੀ ਤੇ ਕਹਿੰਦੇ ਮਰ ਗਏ। ਦਸ ਤੋਂ ਮਿੰਟ ਕੀ ਹੋਇਆ ਯਾਰ? ਕਹਿੰਦੇ ਮਰ ਗਏ ਤੇ ਮਿੱਠਾ ਮਿੱਠਾ ਦਾ ਫੂਕ ਲਓ। ਚੰਗਾ ਉਹ ਮਰ ਗਏ ਯਾਰ, ਕੋਈ ਟੈਨਸ਼ਨ ਨਹੀਂ ਹੁੰਦਾ। ਅੱਗੇ ਹੋਰ ਦੱਸ ਕੇ ਕੀ ਹੋਇਆ? ਬਸ ਅੱਗੇ ਪੁੱਛਣਾ ਯਾਰ ਮੈਨੂੰ ਕੀ ਹੋਇਆ। ਉਹ ਕੀ ਹੋ ਗਿਆ ਓਏ? ਓ ਦੱਸ ਯਾਰ, ਉਹ ਤਾਂ ਬਾਥਰੂਮ 'ਚ ਗਏ ਨਾਲ ਵਾਸਤੇ, ਫਿਰ ਉੱਡੀ ਲਾਈ ਸੀ ਕਹਿੰਦੇ ਓਏ ਮਰ ਗਏ। ਓਏ ਹੋਏ ਕਹਿੰਦੇ ਨਾਲ ਜਾਣਾ ਨਾ, ਸਾਪੜ ਸੁਪੜ ਦਾ ਰੱਖ ਲਿਆ ਕਰੋ। ਚੰਗਾ ਯਾਰ
ਅੱਗੇ ਦਾ ਪੁੱਛਣਾ ਡਾਕਟਰ ਕੋਲ ਪਹੁੰਚੇ ਚੰਗਾ ਡਾਕਟਰ ਨੇ ਖੋਲਿਆ ਗੇਟ ਨਾਲ ਹੀ ਦੇਦਾ ਜਵਾਬ ਯਾਰ ਖੜ ਜਾ ਮੈਂ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਸਾਹਿਬ ਨਗਰ ਥੇੜੀ ਤੋਂ ਬੋਲ ਰਹੀ ਹਾਂ। ਅੱਜ ਅਸੀਂ ਇੱਥੇ ਆਪਣੇ ਸਕੂਲ ਦੇ ਵਿੱਚ ਗਣਤੰਤਰ ਦਿਵਸ 69ਵਾਂ ਮਨਾਉਣ ਲਈ ਇਕੱਠੇ ਹੋਏ ਹਾਂ। ਸਾਡੇ ਸਕੂਲ ਦੇ ਵਿੱਚ ਪਿੰਡ ਸਾਹਿਬ ਨਗਰ ਥੇੜੀ ਦੇ ਸਰਪੰਚ ਸਾਹਿਬਾਨ ਸਰਦਾਰ ਜਗਦੀਸ਼ ਸਿੰਘ ਜੀ, ਪੰਚਾਇਤ ਦੇ ਮੈਂਬਰਸ ਸਰਦਾਰ ਰਣਧੀਰ ਸਿੰਘ ਜੀ, ਸਰਦਾਰ ਰਜਿੰਦਰ ਸਿੰਘ ਜੀ ਅਤੇ SMC ਦੇ ਚੇਅਰਮੈਨ ਸ਼੍ਰੀ ਪੰਮੀ ਰਾਮ ਜੀ ਅਤੇ ਸ਼੍ਰੀ ਦੇਵਰਾਜ ਜੀ ਸਕੂਲ ਦੇ ਵਿੱਚ ਆਏ। 69ਵਾਂ ਗਣਤੰਤਰ ਦਿਵਸ ਹੈ। ਇਸ ਗਣਤੰਤਰ ਦਿਵਸ ਦੇ ਵਿੱਚ ਸਾਡੇ ਆਜ਼ਾਦੀ ਗੁਲਾਟੀਆਂ ਨੂੰ ਅਸੀਂ ਅੱਜ ਯਾਦ ਕੀਤਾ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਲਵਾਈ ਹੈ, ਅਤੇ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਇਹ ਸੰਵਿਧਾਨ ਤਦ ਹੀ ਲਾਗੂ ਹੋਇਆ ਕਿਉਂਕਿ ਸਾਡੇ ਆਜ਼ਾਦੀ ਦੇ ਗੁਲਾਟੀਆਂ ਨੇ ਸਾਡੇ ਭਾਰਤ ਨੂੰ ਆਜ਼ਾਦੀ ਦਿਲਵਾਈ। ਇਸ ਤੋਂ ਇਲਾਵਾ ਅੱਜ ਦੇ ਦਿਨ ਅਸੀਂ ਆਪਣੇ ਸਰਹੱਦ ਦੇ ਉੱਪਰ ਜਵਾਨਾਂ ਨੂੰ ਯਾਦ ਕਰਦੇ ਹਾਂ ਜਿਹਨੇ ਜਿਹੜੇ ਕਿ ਸਾਡੇ ਦੇਸ਼ ਦੀ ਆਪਣੇ ਪਰਿਵਾਰ ਨੂੰ ਛੱਡ ਕੇ ਕੁਰਬਾਨੀਆਂ ਕਰਕੇ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਹਨ। ਅਤੇ ਸਾਡੇ ਦੇਸ਼ ਦੇ ਵਿੱਚ ਵਿਗਿਆਨ ਨੇ ਵੀ ਬਹੁਤ ਤਰੱਕੀ ਕੀਤੀ ਹੈ, ਇਸ ਲਈ ਅਸੀਂ ਆਪਣੇ ਗਣਤੰਤਰ ਦਿਵਸ ਦੇ ਉੱਪਰ ਆਪਣੇ ਵਿਗਿਆਨ ਨੂੰ, ਵਿਗਿਆਨੀਆਂ ਨੂੰ ਵੀ ਯਾਦ ਕਰਦੇ ਹਾਂ ਅਤੇ ਆਪਣੇ ਕਿਸਾਨਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਭਾਰਤ ਦੇਸ਼ ਨੂੰ ਹਰਾ ਭਰਾ, ਹਰੀ ਕ੍ਰਾਂਤੀ ਲਿਆ ਕੇ ਹਰਾ ਭਰਾ ਬਣਾ ਦਿੱਤਾ ਹੈ। ਅੱਜ ਦੇ ਦਿਨ ਸਾਡੇ ਪਿੰਡ ਦੇ ਸ਼੍ਰੀ ਦੇਵਰਾਜ ਜੀ ਨੇ ਬੱਚਿਆਂ ਨੂੰ ਲੱਡੂ ਵੰਡੇ ਅਤੇ ਨਾਲ ਹੀ ਸਕੂਲ ਦੇ ਖੇਡ ਦੇ ਮੈਦਾਨ ਦੇ ਵਿੱਚ 2 ਟਰੱਕ ਮਿੱਟੀ ਦੇ ਪਾਉਣ ਦਾ ਉਪਰਾਲਾ ਕੀਤਾ। ਮੈਂ ਉਹਨਾਂ ਦਾ ਅਤੇ ਸਰਪੰਚ ਸਾਹਿਬਾਨ ਸਭ ਦਾ ਆਪਣੇ ਸਟਾਫ ਮੈਂਬਰਸ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਕੂਲ ਦੀ ਲੋੜ ਨੂੰ, ਬੱਚਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ ਕੀਤਾ। ਹੈਵ ਆ ਰਿਪਬਲਿਕ, ਥੈਂਕ ਯੂ। ਅੱਜ ਸਾਡੇ ਪਿੰਡ ਸਾਹਿਬ ਨਗਰ ਥੇੜੀ ਵਿਖੇ ਹਾਈ ਸਕੂਲ 'ਚ ਗਣਤੰਤਰ ਦਿਵਸ ਮਨਾਇਆ ਗਿਆ। ਸੋ ਸਾਡੇ ਪਿੰਡ ਦੇ ਪਦਵੰਤੇ ਸੱਜਣਾਂ 'ਚੋਂ ਲਾਲਾ ਦੇਵਰਾਜ ਜੀ ਨੇ ਸਕੂਲ ਨੂੰ 2 ਟਰੱਕ ਮਿੱਟੀ ਔਰ ਬੱਚਿਆਂ ਨੂੰ ਖਾਣ ਨੂੰ ਖੁੱਲ੍ਹੇ ਲੰਗਰ ਦੀ ਤਰ੍ਹਾਂ ਲੱਡੂ ਵਰਤਾਏ ਗਏ ਨੇ। ਸੋ ਸਮੂਹ ਸਟਾਫ ਦਾ ਅਤੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਲਾਲਾ ਦੇਵਰਾਜ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ।